ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੱਤ ਸੁੱਟ ਜਾਇਦਾ ਨਹੀਂ ਬੱਚੀ ਬਾਦਲ ਹੈਗਾ ਜੀ ਮੈਨੀ ਨਿਗਾਹ ਪੈ ਗਈ ਨਾ ਜਦੋਂ ਖੜਕਾ ਹੋਇਆ ਪਿੱਛੇ ਮੈਂ ਕਿਹਾ ਯਾਰ ਡਿੱਗ ਅਸਟਰ ਲਾਈ ਗਿਆ ਅਸੀਂ ਵੀ ਖੇਡਣ ਜਾਈ ਜਾਂਦੇ ਪਾਣੀ ਤੋਂ ਆਏ ਯਾ ਤਾਂ ਹੀ ਪੈ ਜਾਂਦਾ ਉਹ ਥੋੜਾ ਬੁਲਟ ਸਾਡਾ ਨਾ ਲੱਗਦਾ ਪਿਆ ਹੋ ਰਾਜ ਜੀ ਬੋਲ ਤੇ ਹੱਸ ਗਏ ਯਾ ਹੈ ਕੁਛ ਤਾਂ ਮਾਹ ਆਪ ਕਹਿ ਨਹੀਂ ਆ ਤਾਂ ਇਹ ਵਗੇ ਤੇ ਦਵਾਈ ਨਾਲ ਹੋਰ ਨਹੀਂ ਪਿਆ ਨਹੀਂ ਠੀਕ ਆ ਸੱਟ ਬੱਚਾ ਕਹਿੰਦਾ ਜੀ ਠੀਕ ਆ ਇਹ ਸਾਫ਼ ਕਰ ਲਈਏ ਪਹਿਲਾਂ ਕਿੱਟਾ ਗੱਡੀ ਬਣਾ ਲੈਣੇ ਗੱਡੀ ਸਾਫ਼ ਇਹਨਾਂ ਨੇ ਕਾਪੀ ਪਿਤਰੀ ਸਿਰ ਫੜ ਦੇ ਬਾਹਰ ਨਹੀਂ ਸਿਰ ਨਹੀਂ ਕੋਈ ਨਾ ਕੋਈ ਨਾ ਬੱਤ ਥੋੜਾ ਸਾਫ਼ ਕਰ ਸਾਫ਼ ਪੱਟੀ ਕਰਦਾ ਰਿਹਾ ਮੈਨੂੰ ਕੋਈ ਨੀ ਹਾਸਪਿਟਲ ਨੱਪੋ ਉੱਥੇ ਟਿਊਬ ਲਾ ਕੇ ਬੰਦ ਕਰੋ ਪੱਟੀ ਪੱਟੀ ਹੈਗੀ ਪਾਲੀ ਆ ਚੱਕ ਕਿੱਥੇ ਆਪਾਂ ਸੀ ਪੱਟੀ ਦਿਓ ਡਾਕਟਰ ਕਰੂਗਾ ਡਾਕਟਰ ਸਾਫ਼ ਕਰੂਗਾ ਚਕਮ ਪੱਟੀ ਬੰਦ ਗੱਡੀ ਬਣਾਓ ਗੱਡੀ ਆ ਗਈ ਗੱਡੀ ਆ ਗਈ ਗੱਡੀ ਹੈਗੀ ਗੱਡੀ ਆਪਾਂ ਭੇਜ ਦੇਣਾ ਪੱਟੀ ਕਰਕੇ ਨਾ ਫਸਟ ਏਡ ਦੀ ਆਹੋ ਕਰ ਦਿਓ ਉੱਤੇ ਜੀ ਸੜਕ ਚ ਇੰਨੇ ਵੱਡੇ ਵੱਡੇ ਟੋਏ ਹੋ ਗਏ ਨੇ ਇਹ ਸਰਕਾਰ ਪਤਾ ਨੀ ਸੁੱਤੀ ਪਈ ਹੈ ਕੀ ਹੈਗੀ ਪਹਿਲੇ ਪੈਚਵਰਕ ਦੀ ਕੰਮ ਹੀ ਕਰਦੇ ਸੜਕ ਤਾਂ ਕੀ ਇਹਨਾਂ ਨੇ ਬਣਾਉਣੀ ਹੈ ਰੋਜ਼ ਇੱਥੇ ਕਾਲਚਣਾ ਨੀ ਤੇ ਬਾਅਦ ਮੈਰਿਜ ਦੇ ਪੈਲਸ ਦੇ ਬਾਹਰ ਮੈਨੂੰ ਦੱਸਦੇ ਨੇ ਰੋਜ਼ ਇੱਥੇ ਇੱਕ ਐਕਸੀਡੈਂਟ ਹੁੰਦਾ ਹੈ ਅੱਜ ਵੀ ਸ਼ਾਮ ਨੂੰ ਇੱਕ ਵਿਚਾਰਾ ਗਰੀਬ ਪਰਿਵਾਰ ਮੋਟਰਸਾਈਕਲ 'ਚ ਜਿਹਨਾਂ ਹਨੇਰੇ 'ਚ ਨਹੀਂ ਦੇਖਿਆ ਘਰਵਾਲੀ ਦੀ ਵੀ ਸੱਟ ਲੱਗ ਗਈ ਘਰਵਾਲੇ ਦੇ ਵੀ ਸਿਰ 'ਚ ਤਿੰਨੋਂ ਬੱਚੇ ਉਹਨਾਂ ਕਿਸੇ ਦੇ ਸਿਰ 'ਤੇ ਕਿਸੇ ਦੇ ਲੱਤ 'ਤੇ ਰੋਜ਼ ਇਹ ਹੋ ਰਿਹਾ ਅਤੇ ਇਹ ਸੜਕ 'ਚ ਰਿਪੇਅਰ ਹੁੰਦੀ ਅਤੇ
ਇਹੋ ਜਿਹੇ ਟੋਏ ਕਦੇ ਹੋਣ ਨਹੀਂ ਦਿੰਦੇ ਸੀ ਆਪਾਂ। ਮੈਂ ਹੈਰਾਨ ਹਾਂ ਕਿ ਇਸ ਰਸਤੇ ਤੋਂ ਵਿੱਤ ਮੰਤਰੀ ਦਾ ਘਰ ਦਾ ਰਸਤਾ ਹੈਗਾ, ਇੰਨਾ ਕੁਛ ਵੀ ਨਹੀਂ ਦੇਖ ਸਕਦੇ ਕਿ ਪਬਲਿਕ ਵਾਸਤੇ ਆਹ ਠੀਕ ਕਰੇ, ਕਿਸੇ ਦੀ ਜਾਨ ਬਚ ਜਾਏ। ਰੋਜ਼ ਹਾਦਸੇ ਹੋ ਰਹੇ ਨੇ। ਹੁਣ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਕੱਲ੍ਹ ਸਵੇਰੇ ਤਾਂ ਇਹ ਟੋਇਆ ਭਰਵਾਇਆ ਜਾਏ ਤਾਂ ਕਿ ਇਹੋ ਜਿਹੇ ਹਾਦਸੇ ਬੰਦ ਹੋਣ। ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੀ ਹਾਂ ਕਿ ਮੁੱਖ ਮੰਤਰੀ ਸਾਹਿਬ ਆਪਣੇ ਬਾਹਰ ਨਿਕਲੋ, ਆਪਣੇ ਮਹਿਲ ਤੋਂ ਜ਼ਮੀਨ 'ਚ ਉਤਰੋ, ਸੜਕਾਂ 'ਚ ਜਾਓ ਅਤੇ ਲੋਕਾਂ ਦਾ ਹਾਲ ਦੇਖੋ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।